ਤੇ ਗੱਲ ਹੁਣ ਵਿਜੀਲੈਂਸ ਦੀ ਕਾਰਵਾਈ ਦੀ ਕਰਦੇ ਹਾਂ। ਸਾਬਕਾ ਮੰਤਰੀ ਬਲਬੀਰ ਸਿੱਧੂ ਦੀ ਅੱਜ ਪੇਸ਼ੀ ਹੋਏਗੀ ਪੰਜਾਬ ਵਿਜੀਲੈਂਸ ਬਿਊਰੋ ਦੇ ਅੱਗੇ। ਜੋ ਬਲਬੀਰ ਸਿੱਧੂ ਨੇ ਪੇਸ਼ ਹੋਣਗੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਬਲਬੀਰ ਸਿੱਧੂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। ਦੱਸ ਦਈਏ ਕਿ ਕਰੀਬ ਇੱਕ ਮਹੀਨਾ ਪਹਿਲਾਂ ਬਲਬੀਰ ਸਿੰਘ ਸਿੱਧੂ ਦੀ ਜਾਇਦਾਦ ਤੇ ਉਹਨਾਂ ਦੇ ਖਾਤੇ ਦੀ ਜਾਂਚ ਸ਼ੁਰੂ ਹੋਈ ਸੀ ਤੇ ਇਹ ਖੁਲਾਸਾ ਵੀ ਹੋਇਆ ਸੀ ਕਿ ਬਲਬੀਰ ਸਿੰਘ ਸਿੱਧੂ ਜਲਦ ਤੇ ਹੀ ਉਹਨਾਂ ਤੇ ਵਿਜੀਲੈਂਸ ਦੀ ਗਾਜ ਡਿੱਗਣ ਵਾਲੀ ਹੈ, ਜਿਸ ਤੋਂ ਬਾਅਦ ਵਿਜੀਲੈਂਸ ਨੇ ਤਲਬ ਖੋਣ ਦੇ ਲਈ ਨੋਟਿਸ ਜਾਰੀ ਕਰ ਦਿੱਤਾ ਸੀ। ਹੁਕਮ ਕਹੇ ਗਏ ਸਨ ਕਿ 21 ਅਪ੍ਰੈਲ ਨੂੰ ਵਿਜੀਲੈਂਸ ਦੇ ਸਾਹਮਣੇ ਬਲਬੀਰ ਸਿੱਧੂ ਪੇਸ਼ ਹੋਣ ਤੇ ਅੱਜ 21 ਅਪ੍ਰੈਲ ਦਾ ਦਿਨ ਹੈ ਤੇ ਅੱਜ ਬਲਬੀਰ ਸਿੱਧੂ ਤੋਂ ਸਵਾਲ ਜਵਾਬ ਪੁੱਛ ਪੜਤਾਲ ਕੀਤੀ ਜਾਵੇਗੀ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਸਵਾਲ ਜਵਾਬ ਬਲਬੀਰ ਸਿੱਧੂ ਤੋਂ ਹੋਣਗੇ। ਇਸ ਖਬਰ ਤੇ ਵਧੇਰੀ ਜਾਣਕਾਰੀ ਦੇ ਲਈ ਸਾਡੇ ਪੱਤਰਕਾਰ ਮਨੋਜ ਜੋਸ਼ੀ ਫੋਨ ਲਾਈਨ ਤੇ ਜੁੜ ਗਏ ਨੇ। ਜੀ ਮਨੋਜ, ਅੱਜ ਦੇ ਦਿਨ ਤਲਬ ਕੀਤਾ ਗਿਆ ਸੀ, ਅੱਜ ਦੀ ਤਾਰੀਖ ਸੀ ਤੇ ਅੱਜ ਕੁਛ ਹੀ ਸਮੇਂ ਬਾਅਦ ਜੋ ਹੈ ਉਹ ਪੇਸ਼ ਹੋਣਗੇ ਬਲਬੀਰ ਸਿੱਧੂ, ਕੀ ਕੁਝ ਜਾਣਕਾਰੀ? ਜੀ ਬਿਲਕੁਲ, ਅੱਜ ਜਿਹੜੇ ਵਿਜੀਲੈਂਸ ਹੈਗੀ ਹੈ ਉਹਨਾਂ ਨੇ ਸਾਬਕਾ ਸਵਾਸਥ ਮੰਤਰੀ ਅਤੇ ਮੌਜੂਦਾ ਭਾਜਪਾ ਪੰਜਾਬ ਦੇ ਉਪਾਧਿਆਕਸ਼ ਜਿਹੜੇ ਨੇ ਬਲਬੀਰ ਸਿੱਧੂ, ਉਹਨਾਂ ਨੂੰ ਆਏ ਤੋਂ ਸੰਪਤੀ ਜਿਹੜੀ ਹੈਗੀ ਹੈ ਸੋਰਸ ਤੋਂ ਬਾਅਦ ਆਮਦਨ ਦੇ ਕੇਸ ਵਿੱਚ ਬੁਲਾਇਆ ਹੈਗਾ ਤੇ 10 ਵਜੇ ਉਹਨਾਂ ਨੂੰ ਉੱਥੇ ਟਾਈਮ ਦਿੱਤਾ ਹੈ ਬਿਜ਼ਨਸ ਦੇ ਹੈੱਡਕੁਆਰਟਰ ਆਉਣ ਵਾਸਤੇ ਤੇ ਉੱਥੇ ਹੀ ਜਿਹੜਾ ਹੈਗਾ ਜਿਹੜੇ SSP ਨੇ ਬਿਜ਼ਨਸ ਦੇ ਮੋਹਾਲੀ ਉਹਨਾਂ ਦਾ ਆਫਿਸ ਹੈ ਤੇ ਉੱਥੇ ਉਹਨਾਂ ਦੀ ਉਹਨਾਂ ਨੂੰ ਪਿਛਲੇ ਵਾਸਤੇ ਬੁਲਾਇਆ ਗਿਆ ਹੈਗਾ। ਕਾਫੀ ਲੰਬੀ ਲਿਸਟ ਹੈ ਉਹਨਾਂ ਕੋਲ, ਉਹਨਾਂ ਦੀ ਪ੍ਰੋਪਰਟੀ ਨੂੰ ਲੈ ਕੇ ਤੇ ਸਾਰੀਆਂ ਜਿਹੜੀਆਂ ਹੋਰ ਜਿਹੜੀਆਂ ਸੋਰਸਿਸ ਪੜ੍ਹੀ ਆ ਉਹਨਾਂ ਨੂੰ ਰਿਪੋਰਟ ਮਿਲੀ ਆ, ਉਹ ਸਾਰੇ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਤੇ ਪੁੱਛਿਆ ਜਾਊਗਾ। ਉਸ ਤੋਂ ਬਾਅਦ ਫਿਰ ਇੱਕ ਇਹਨਾਂ ਨੂੰ ਜਾਣ ਲੱਗੇ ਕੋਈ ਪਰਫਾਰਮਾ ਦਿੱਤਾ ਜਾਂਦਾ ਜਿਹੜਾ ਕਿ ਉਹਨਾਂ ਨੇ ਆਪਣੀ ਪ੍ਰੋਪਰਟੀ ਨੂੰ ਲੈ ਕੇ ਭਰਤੀ ਭੇਜਣਾ ਹੁੰਦਾ ਹੈਗਾ। ਤਾਂ ਕਿ ਪਹਿਲਾਂ ਵਿਜੀਲੈਂਸ ਇਹ ਕਰਦੀ ਕਿ ਜੋ ਪਰਫਾਰਮਾ ਹੈਗਾ ਉਹ ਜਿਹੜਾ ਆਰੋਪੀ ਹੁੰਦਾ ਹੈ ਜਿਹਨੂੰ ਮੰਨਦੇ ਆ ਵੀ ਅਧਿਕ ਹੈਗੇ ਆ ਆਮਦਨ, ਉਦੋਂ ਪਰਫਾਰਮਾ ਬਣਾਉਂਦੇ ਉਹਦੀ ਜਿਹੜੀ ਪ੍ਰੋਪਰਟੀ ਆ ਉਹਦੀ ਡਿਸਕਲੋਜ਼ ਕਰਵਾਉਂਦੇ ਆ ਕਿ ਮੇਰੀ ਪ੍ਰੋਪਰਟੀ ਲੈਣੀ, ਫਿਰ ਉਸ ਤੋਂ ਬਾਅਦ ਉਹਨੂੰ ਬਾਕੀ ਪ੍ਰੋਪਰਟੀ ਦਿਖਾਈ ਜਾਂਦੀ ਹੈ। ਜੀ ਜੇਕਰ ਜੇਕਰ ਗੱਲ ਕਰੀਏ ਤਾਂ ਕਰੀਬ ਇੱਕ ਮਹੀਨਾ ਪਹਿਲਾਂ ਵੀ ਬਲਬੀਰ ਸਿੰਘ ਸਿੱਧੂ ਦੀ ਜਾਇਦਾਦ ਉਹਨਾਂ ਦੇ ਖਾਤਿਆਂ ਦੀ ਜਾਂਚ ਸ਼ੁਰੂ ਹੋਈ ਸੀ ਤਾਂ ਕਹਿ ਸਕਦੇ ਹਾਂ ਕਿ ਪੂਰੇ ਰਿਕਾਰਡ ਜੋ ਵਿਜੀਲੈਂਸ ਦੇ ਵੱਲੋਂ ਮੰਗਵਾਏ ਗਏ ਨੇ ਕ੍ਰੋਸ ਚੈਕਿੰਗ ਇਹਨਾਂ ਦੀ ਸਭ ਦੀ ਕੀਤੀ ਜਾਏਗੀ। ਜੀ ਬਿਲਕੁਲ, ਇੱਕ ਮਹੀਨਾ ਪਹਿਲਾਂ ਵੀ ਇਸ ਗੱਲ ਦਾ ਚਰਚਾ ਹੋਈ ਸੀ ਕਿ ਉਹਨਾਂ ਨੂੰ ਬੁਲਾਇਆ ਗਿਆ ਪਰ ਉਹਨਾਂ ਦਾ ਬਿਜ਼ਨਸ ਸਾਫ਼ ਕਰ ਸਕਦੇ ਬੁਲਾਇਆ ਨਹੀਂ ਸੀਗਾ। ਜੋ ਜਾਂਚ ਜਿਹੜੀ ਹੈਗੀ ਹੈ ਉਹ ਚੱਲਦੀ ਰਹਿੰਦੀ ਹੈ, ਜਿੰਨੇ ਵੀ MLA ਜਾਂ ਬੜੇ ਮੰਤਰੀ ਹੁੰਦੇ ਆ ਉਹਨਾਂ ਦੀ ਜਿਹੜੀ ਬਿਜ਼ਨਸ ਹੈਗੀ ਉਹਦਾ ਬਿਜ਼ਨਸ ਦਾ ਮਕਸਦ ਹੀ ਹੈ ਵੀ ਪ੍ਰੋਕਸੀ ਵਿਭਾਗ ਹੈ ਉਹ ਜਾਂਚ ਕਰਦੀ ਜਾਂਦੀ, ਕਿਉਂਕਿ ਹਰ ਇੱਕ ਬੰਦੇ ਨੇ ਜਦੋਂ MLA ਹੁੰਦਾ ਜਾਂ MP ਹੁੰਦਾ ਜਦੋਂ ਉਹ ਇਲੈਕਸ਼ਨ ਕਰਦੇ ਇੱਕ ਆਪਣਾ ਉਹ ਐਫੀਡੇਟ ਦਿੰਦੇ ਆ ਪ੍ਰੋਪਰਟੀ ਬਾਰੇ, ਚੱਲ ਅਤੇ ਅਸਲ ਸੰਪਤੀ ਬਾਰੇ। ਇਸ ਕਰਕੇ ਵੀ ਜਿਹੜੇ ਕੋਲ ਡਾਕੂਮੈਂਟ ਹੁੰਦਾ ਵੀ ਜਿਹਦੇ ਕੋਲ ਉਹਨਾਂ ਦੀ ਜਿਹੜੀ ਪ੍ਰੋਪਰਟੀ ਉਹਦੇ ਬਾਰੇ ਉਸ ਨੂੰ ਲੈ ਕੇ ਉਹ ਅੱਗੇ ਕਾਰਵਾਈ ਕਰਦੇ ਰਹਿੰਦੇ ਹੈ ਨੇ ਤੇ ਜਿਸ ਦੀ ਲੱਗਦਾ ਵੀ ਆਮਦ ਤੋਂ ਵੱਧ ਹੈਗੀ ਆਏ ਸੰਪਤੀ ਬਣਾਈ ਹੋਈ ਹੈ ਉਹਨੂੰ ਉਹ ਜੇ ਨਹੀਂ ਨਿਕਲਦੀ ਫਿਰ ਉਹਨਾਂ ਬਾਰੇ ਕਾਰਵਾਈ ਕੀਤੀ ਜਾਂਦੀ। ਜੀ ਜੀ ਮਨੋਜ, ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ।